ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵਿਲੀਜ਼ ਕੁਕਿੰਗ ਰੂਟੀਨ ਚੈਨਲ ਦੇ ਉੱਪਰ ਜੇ ਤੁਸੀਂ ਮੇਰੇ ਚੈਨਲ ਉੱਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅੱਜ ਅਸੀਂ ਬਣਾਵਾਂਗੇ ਮੈਦੇ ਅਤੇ ਆਲੂ ਨੂੰ ਮਿਲਾ ਕੇ ਇੱਕ ਡਿਫਰੈਂਟ ਰੈਸਪੀ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਊਗੀ ਚਲੋ ਇਹ ਸ਼ੁਰੂ ਕਰਦੇ ਹਾਂ ਆਪਣੀ ਰੈਸਪੀ ਬਣਾਉਣੀ ਇੱਥੇ ਅਸੀਂ ਇੱਕ ਪਲੇਟ ਦੇ ਵਿੱਚ ਇੱਕ ਕੌਲੀ ਮੈਦੇ ਦੀ ਲੈ ਲਈ ਆ ਉਸ ਵਿੱਚ ਅਸੀਂ ਇੱਕ ਚਮਚ ਜਿਹੜਾ ਆ ਉਹ ਜਵੈਨ ਦਾ ਪਾਦਣਾ ਆ ਤੇ ਅੱਧੇ ਤੋਂ ਵੀ ਥੋੜਾ ਚਮਚ ਜਿਹੜਾ ਆ ਅਸੀਂ ਲੂਣ ਦਾ ਪਾਦਣਾ ਆ ਤੇ ਇੱਕ ਘੜਸੀ ਜਿਹੜੀ ਅਸੀਂ ਇੱਥੇ ਘਿਓ ਦੀ ਪਾਦਣੀ ਆ ਤੁਸੀਂ ਚਾਹੋ ਤਾਂ ਇੱਥੇ ਤੇਲ ਵੀ ਪਾ ਸਕਦੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਲਾ ਲੈਣਾ ਆ ਤਾਂ ਜੋ ਜਿਹੜਾ ਸਾਡਾ ਘਿਓ ਆ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਵੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਸਟਾਰਟ ਕਰ ਦਿੰਦੇ ਆ ਅਸੀਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਗੁੰਨਣਾ ਸ਼ੁਰੂ ਕਰ ਦਿੰਦੇ ਆ ਮੈਦੇ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਇਹ ਗੁੰਨ ਲਿਆ ਆ ਤੇ ਹੁਣ ਅਸੀਂ ਇਸ ਨੂੰ 5 ਕਿ ਮਿੰਟ ਲਈ ਰੈਸਟ ਕਰਨ ਲਈ ਛੱਡ ਦੇਵਾਂਗੇ ਦੂਸਰੀ ਤਰਫ ਇੱਕ ਬਰਤਨ ਦੇ ਵਿੱਚ ਅਸੀਂ ਦੋ ਆਲੂ ਉਬਲੇ ਹੋਏ ਲੈ ਲੈਣੇ ਆ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਇਹ ਮੈਸ਼ ਕਰ ਲੈਣਾ ਆ ਹੁਣ ਅਸੀਂ ਇਹਨਾਂ ਦੇ ਵਿੱਚ ਥੋੜੇ ਜਿਹਾ ਮਸਾਲੇ ਪਾ ਲਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਥੋੜਾ ਜਿਹਾ ਜਿਹੜਾ ਅਸੀਂ ਜੀਰਾ ਪਾਊਡਰ ਪਾਵਾਂਗੇ ਇੱਕ ਚੁਟਕੀ ਅਸੀਂ ਇੱਥੇ ਜਿਹੜੀ ਹਲਦੀ ਪਾਊਡਰ ਦੀ ਪਾ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਚਾਟ ਮਸਾਲਾ ਪਾ ਲਵਾਂਗੇ ਦੋ ਅਸੀਂ ਕਟੀਆਂ ਹੋਈਆਂ ਮਿਰਚਾਂ ਪਾ ਲਵਾਂਗੇ ਤੇ ਥੋੜੀ ਜਿਹੀ ਕਸੂਰੀ ਮੇਥੀ ਜਿਹੜੀ ਉਹ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਥੋੜਾ ਜਿਹਾ ਧਨੀਆ ਹੈ ਉਹ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਅਸੀਂ ਇਸ ਨੂੰ ਮਿਲਾ ਲਵਾਂਗੇ ਤਾਂ ਜੋ ਸਾਡੇ ਸਾਰੇ ਮਸਾਲੇ ਜਿਹੜੇ ਆ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆ ਉਹ ਮਿਕਸ ਹੋ ਜਾਣ ਆਲੂਆਂ ਦਾ ਮਿਕਸਰ ਸਾਡਾ ਜਿਹੜਾ ਇਹ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਆ ਹੁਣ ਅਸੀਂ ਜਿਹੜਾ ਆਪਣਾ ਮੈਦਾ ਗੁੰਨ ਕੇ ਰੱਖਿਆ ਹੋਇਆ ਸੀ ਉਸ ਦੇ ਨਿੱਕੇ ਨਿੱਕੇ ਪੇੜੇ ਬਣਾ ਲਵਾਂਗੇ ਇਹਨਾਂ ਪੇੜਿਆਂ ਨੂੰ ਅਸੀਂ ਜਿਹੜਾ ਆ ਇੱਕ ਸ਼ੇਪ ਦੇ ਕੇ ਚੰਗੀ ਤਰ੍ਹਾਂ ਬੇਲ ਲਵਾਂਗੇ ਬੇਲਣ ਤੋਂ ਬਾਅਦ ਅਸੀਂ ਇਹਨਾਂ ਦੇ ਉੱਪਰ ਇੱਕ ਛੋਟੀ ਜਿਹੀ ਜਿਹੜੀ ਆ ਉਹ ਕਟੋਰੀ ਜਿਹਾ ਰੱਖ ਦਵਾਂਗੇ ਕਟੋਰੀ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਅਸੀਂ ਜਿਹੜਾ ਆ ਇਹਦੇ ਵਿੱਚ ਆਪਣਾ ਮਿਕਸਚਰ ਆਲੂਆਂ ਦਾ ਜਿਹੜਾ ਆ ਉਹ ਅਸੀਂ ਚੰਗੀ ਤਰ੍ਹਾਂ ਫੈਲਾ ਦੇਣਾ ਆ ਅਸੀਂ ਆਲੂਆਂ ਦੀ ਜਿਹੜੀ ਆ ਪਤਲੀ ਜਿਹੀ ਪਰਤ ਹੀ ਬਣਾਉਣੀ ਹੈ ਜਿਆਦਾ ਮੋਟੀ ਨਹੀਂ ਬਣਾਉਣੀ ਹੈਗੀ ਹੁਣ ਅਸੀਂ ਇੱਥੋਂ ਕਟੋਰੀ ਜਿਹੜੀ ਆ ਰੋਟੀ ਦੇ ਉੱਪਰੋਂ ਚੱਕ ਲਵਾਂਗੇ ਤੇ ਇਸ ਨੂੰ ਇੱਕ ਕਰਾ ਦੇ ਦੇ ਨਾਲ ਜਿਹੜਾ ਆ ਸ਼ੇਪ ਦੇ ਲਵਾਂਗੇ ਅਸੀਂ ਛੋਟੇ ਛੋਟੇ ਜਿਹੜੇ ਇਹਦੇ ਉੱਚ ਕੱਟ ਜਿਹੜੇ ਅਸੀਂ ਲਗਾ ਦੇਣੇ ਆ ਸਾਰੇ ਕੱਟ ਜਿਹੜੇ ਅਸੀਂ ਚੰਗੀ ਤਰ੍ਹਾਂ ਦੇ ਨਾਲ ਲਗਾ ਲਏ ਆ ਅਸੀਂ ਇਸ ਨੂੰ ਹੁਣ ਇੱਕ ਰੋਲ ਦੀ ਤਰ੍ਹਾਂ ਜਿਹੜਾ ਆ ਉਹ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਅਸੀਂ ਇਸ ਤਰ੍ਹਾਂ ਜਿਹੜੇ ਆ ਉਹ ਆਪਣੇ ਆਟੇ ਤੇ ਮੈਦੇ ਦੇ ਜਿਹੜੇ ਆ ਸਨੈਕਸ ਤਿਆਰ ਕਰ ਲੈਣੇ ਆ। ਅਸੀਂ ਸਾਰੇ ਆਪਣੇ ਜਿਹੜੇ ਸਨੈਕਸ ਆ ਤਿਆਰ ਕਰ ਲਏ ਆ। ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚ ਤਲ ਲਵਾਂਗੇ। ਤੇਲ ਨੂੰ ਅਸੀਂ ਜਿਹੜਾ ਇਹ ਹੌਲੀ ਆਂਚ ਦੇ ਉੱਤੇ ਰੱਖਣਾ ਆ ਤੇ ਅਸੀਂ ਇੱਕ ਇੱਕ ਕਰਕੇ ਸਾਰੇ ਸਨੈਕਸ ਜਿਹੜੇ ਤੇਲ ਦੇ ਵਿੱਚ ਪਾ ਲੈਂਦੇ ਆ। ਅਸੀਂ ਕੱਟਚੀ ਦੀ ਸਹਾਇਤਾ ਦੇ ਨਾਲ ਇਸ ਨੂੰ ਹਿਲਾਉਂਦੇ ਰਾਵਾਂਗੇ ਤਾਂ ਜੋ ਇੱਕਸਾਰ ਇਹ ਪੱਕਣ। ਜਾਦ ਤੱਕ ਸਾਡੇ ਜਿਹੜੇ ਸਨੈਕਸ ਆ 골ਡਨ ਬ੍ਰਾਊਨ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹਨਾਂ ਨੂੰ ਪਕਾ ਲੈਂਦੇ ਆ ਸਾਡੇ ਸਨੈਕਸ ਜਿਹੜੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਸਨੈਕਸ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਵੀਡੀਓਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ